ਨਾਨੀ ਨੇ ਪੁੱਤ ਨੂੰ ਕੋਲ ਸਮਝਾਇਆ ਬਿਠਾਇਆ ਬੜੇ ਸਮਝਾਇਆ ਕਿ ਪੁੱਤਰ ਹੁਣ ਰੋਟੀ ਵਾਸਤੇ ਕੁਝ ਨਾ ਕੁਝ ਹੀਲਾ ਕਰਨਾ ਪੈਣਾ ਨੋਟ ਕਰਿਓ ਗੱਲ ਨਾਨੀ ਨੇ ਕਿਹਾ ਪੁੱਤਰ ਮੈਂ ਤੈਨੂੰ ਘੁੰਗਰੀਆਂ ਜਿਹਨੂੰ ਆਪਾਂ ਉਬਾਲੇ ਹੋਏ ਛੋਲੇ ਵੀ ਕਹਿ ਦਿੰਦੇ ਆ ਮੈਂ ਤੈਨੂੰ ਦਿਆ ਕਰਾਂਗੀ ਟੋਕਰੀ ਭਰ ਕੇ ਤੇ ਪੁੱਤਰ ਤੂੰ ਜਾ ਕੇ ਵੇਚਿਆ ਕਰ ਜੋ ਪੈਸਾ ਬਣੇਗਾ ਉਹਦੇ ਨਾਲ ਆਪਾਂ ਆਪਣਾ ਘਰ ਦਾ ਗੁਜ਼ਾਰਾ ਕਰਨਾ ਹੁਣ ਛੋਟੀ ਜੀ ਉਮਰ ਆ ਜੇ 7 ਸਾਲ ਦੀ 7 ਸਾਲ ਦੀ ਉਮਰ ਵਿੱਚ ਜਿੱਥੇ ਖੇਡਣਾ ਸੀਗਾ ਜਿੰਦਗੀ ਦੇ ਆਨੰਦ ਮਾਣਨੇ ਸੀਗੇ ਉੱਥੇ ਸਿਰ ਦੇ ਉੱਤੇ ਮਜਬੂਰੀਆਂ ਨੇ ਟੋਕਰੀ ਚੁਕਾ ਦਿੱਤੀ। ਹੁਣ ਨਾਨੀ ਜੀ ਨੇ ਪਹਿਲੇ ਦਿਨ ਘੁੰਗਰੀਆਂ ਦੇ ਕੇ ਤੋੜਿਆ ਨਾ ਜੀ ਨਾਨੀ ਬਹੁਤ ਰੋਈ। ਰੋਈ ਇਸ ਕਰਕੇ ਕਿ ਮੇਰੇ ਦੋਤਰੇ ਦੀ ਬਚਪਨ ਦੇ ਵਿੱਚ ਬਹੁਤ ਕੁਝ ਇਹਨੇ ਗਵਾ ਲਿਆ। ਹਲੇ ਖੇਡਣ ਦੀ ਉਮਰ ਦੀ ਹਸਨ ਦੀ ਉਮਰ ਸੀ ਪਰ ਇਹਨੇ ਆਪਣੇ ਮੋਢਿਆਂ ਤੇ ਘਰ ਦੀ ਜ਼ਿੰਮੇਵਾਰੀ ਦਾ ਭਾਰ ਚੁੱਕ ਲਿਆ। ਹੁਣ ਰੋਜ਼ ਜਾਣਾ ਜੀ ਘੁੰਗਰੀਆਂ ਵੇਚ ਕੇ ਆਉਣਾ ਜੋ ਕੁਛ ਬਣਨਾ ਖੱਟਣਾ ਉਹ ਜਿਨ੍ਹਾਂ ਗੁਜ਼ਾਰਾ ਚੱਲ ਪਿਆ ਅੱਜ ਨਾਨੀ ਨੇ ਪਤਾ ਕੀ ਕੀ ਨਾਨੀ ਕਹਿੰਦੀ ਪੁੱਤਰ ਮੈਂ ਤੈਨੂੰ ਘੁੰਗਰੀਆਂ ਜ਼ਿਆਦਾ ਭਰ ਕੇ ਦੇਣੀ ਐ ਸਮਾਂ ਜ਼ਿਆਦਾ ਲੱਗ ਸਕਦਾ ਹੈ ਸ਼ਾਮ ਤੱਕ ਤੂੰ ਨਾ ਦੋ ਰੋਟੀਆਂ ਆਪਣੀਆਂ ਨਾਲ ਬਨ ਲੈ ਤੇ ਆ ਤ ਘੁੰਗਰੀਆਂ ਲੈ ਜਾ ਪੁੱਤਰ ਵੇਚ ਕੇ ਆਈ ਜ਼ਿਆਦਾ ਆ ਤੇ ਨਾਨੀ ਨੇ ਸਮਝਾਉਣਾ ਇੰਨੇ ਪੈਸੇ ਕੋਈ ਦੇਤੇ ਇੰਨੀ ਮੁਠਾ ਭਰ ਕੇ ਦੇਣੀ ਐ ਇੰਨੇ ਦੇਵੇ ਕੋਈ ਨਹੀਂ ਦੇਣਗੇ ਆ ਬਾਬਾ ਜੇਠਾ ਜਦੋਂ ਨਿਕਲਿਆ ਨਾ ਜੀ ਘਰ ਤੋਂ ਧਿਆਨ ਦਿਓ ਗੱਲ ਵੱਲ ਤੋੜੇ ਕੋ ਸਮੇ ਬਾਦ ਹਜੇ ਗਲੀ ਚ ਬਾਹਰ ਨਿਕਲਿਓ ਉੱਥੇ ਵਾਜਾ ਮਾਰਨ ਲੱਗ ਪਏ ਕੁੰਗਰੀਆਂ ਲੈ ਲਓ ਭਾਈ ਤੇ ਪਿੱਛੋਂ ਕਿਸੇ ਨੇ ਆਵਾਜ਼ ਮਾਰਦੀ ਕਹਿੰਦੇ ਪੁੱਤਰਾ ਗੱਲ ਸੁਣ ਮੇਰੀ ਬਾਬੇ ਜੀਠੇ ਨੇ ਨਾ ਸੁਣੀ ਹੋਈ ਗੱਲ ਉਹਨੂੰ ਇਗਨੋਰ ਕਰਦਾ ਕਿ ਅੱਜ ਤੱਕ ਤਾਂ ਮੈਨੂੰ ਕਿਸੇ ਨੇ ਪੁੱਤੇ ਨਹੀਂ ਕਿਹਾ ਮਾਂ ਬਾਪ ਜਾਣ ਤੋਂ ਬਾਅਦ ਮੈਨੂੰ ਕਿਸੇ ਨੇ ਪੁੱਤ ਸ਼ਬਦ ਵਰਤਿਆ ਹੀ ਨਹੀਂ ਹੁਣ ਨੋਟ ਕਰੋ ਸੰਗਤ ਜੀ ਚਲੋ ਇੱਥੇ ਦਾ ਨਹੀਂ ਗਲੀਆਂ ਵਿੱਚ ਕੋਈ ਵੇਚਣ ਵਾਲਾ ਆਉਂਦਾ ਨਾਵ ਦੇ ਵਿੱਚੋਂ ਆਪਾਂ ਆਏ ਆ ਉੱਥੇ ਕੋਈ ਜਦੋਂ ਸਬਜ਼ੀ ਵੇਚਣ ਵਾਲਾ ਜਾਂ ਕੋਈ ਹੋਰ ਸਮਾਨ ਵੇਚਣ ਵਾਲਾ ਆਉਂਦਾ ਨਾ ਮਾਫ਼ ਕਰੋ ਕਦੇ ਵੀ ਅਸੀਂ ਉਹਨਾਂ ਨਾਲ ਰਿਸਪੈਕਟ ਨਾਲ ਨਹੀਂ ਬੋਲਦੇ ਸਾਡੀ ਬੋਲੀ ਉਹਨਾਂ ਨੇ ਬੜੀ ਕੁੜਤਣ ਜੀ ਹੁੰਦੀ ਹੈ ਪਰ ਕਦੇ ਇਹ ਸੋਚਿਆ ਕਰੋ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਬੰਦਾ ਮਾਲ ਜਾਣਦਾ ਨਾ ਜੀ ਉੱਥੇ ਉੱਥੇ ਕੋਈ ਦੇਖਦਾ ਕੋਈ 1000 ਦੀ ਟੀ-ਸ਼ਰਟ ਆ ਕੋਈ 2000 ਦੀ ਟੀ-ਸ਼ਰਟ ਆ ਜੋ ਲੱਗਿਆ ਫਟਾਫਟ ਪੈਸੇ ਫੜਾ ਦਿੰਦਾ ਹੈ ਪਰ ਜਦੋਂ ਵੱਡੇ ਤੋਂ ਵੱਾ ਪੜੇ ਘਰ ਤੱਕ ਜਾਣਾ ਨਾ ਕੋਰਿਸ਼ਕੇ ਵਾਲਾ ਕਹਿ ਦੇਵੇ ਕਿ ਭਾਈ ਮੈਂ 30 ਰੁਪਏ ਲੈਣੇ ਆ ਅਸੀਂ ਉਹਦੇ ਨਾਲ ਜ਼ਰੂਰ ਲੜਦੇ ਆ ਕਿ 30 ਦੇ ਦੇਣੇ ਮੈਂ 25 ਦੇਣੇ ਆ ਜਿਹੜਾ ਮਿਹਨਤ ਕਰਦਾ ਹੈ ਉਹਦੇ ਨਾਲ ਅਸੀਂ ਲੜਦੇ ਆ ਪਰ ਵੱਡੇ ਵੱਡੇ ਮੌਲਾ ਚ ਜਾ ਕੇ ਹਜ਼ਾਰਾ ਹਜ਼ਾਰਾ ਰੁਪਏ ਤੇ ਲੱਗੇ ਕੋਈ ਟੈਗ ਨਾਲ ਅਸੀਂ ਕਦੇ ਵੀ ਨਹੀਂ ਕੀਤਾ ਕਿ ਭਾਈ ਅਸੀਂ ਘਟਾ ਲਈਏ ਜਾਂ ਵਧਾ ਲਈਏ ਅਸੀਂ ਕਹਿੰਦੇ ਜਿੰਨੇ ਲੱਗੇ ਓੰਨੇ ਦੇ ਦਿਓ ਆਪਣੀ ਸੋਚ ਨੂੰ ਬਦਲਣਾ ਪੈਣਾ ਹੈ ਹੁਣ ਬਾਬੇ ਜੇਠੇ ਨੇ ਸੋਚਿਆ ਕਿ ਮੈਨੂੰ ਅੱਜ ਤੱਕ ਤਾਂ ਕਿਸੇ ਨੇ ਪਿਆਰ ਨਾਲ ਬੁਲਾਇਆ ਨਹੀਂ ਫੇਰ ਤੁਰਪੇ ਫੇਰ ਕਿਸੇ ਨੇ ਕਿਹਾ ਪੁੱਤਰ ਗੱਲ ਸੁਣਾ ਤੂੰ ਦੂਜੀ ਵਾਰੀ ਪੁੱਤਰ ਸੁਣਿਆ ਤੇ ਨਾਲ ਸ਼ਬਦ ਵਰਤੇ ਘੁੰਗਰੀਆਂ ਵਾਲੇ ਪੁੱਤਰਾ ਬਾਬੇ ਜੇਠੇ ਨੂੰ ਲੱਗਿਆ ਕਿ ਗੱਲ ਹੁਣ ਮੇਰੀ ਹੋ ਰਹੀ ਹੈ ਬਾਬਾ ਜੇਠਾ ਰੁਕਿਆ ਤੇ ਕੋਈ ਬਾਬਾ ਸੀਗਾ ਫਕੀਰ ਕੋਲ ਆਇਆ ਤੇ ਬਾਬੇ ਜੇਠੇ ਨੂੰ ਕਹਿੰਦਾ ਪੁੱਤਰ ਮੈਨੂੰ ਭੁੱਖ ਬਹੁਤ ਲੱਗੀ ਹੋਈ ਹੈ ਤੇ ਬਾਬੇ ਜੇਠੇ ਨੇ ਕਿਹਾ ਜੇ ਭੁੱਖ ਲੱਗੀ ਹੈ ਤੇ ਘੁੰਗਰੀਆਂ ਖਾ ਲਓ ਉਹ ਕਹਿੰਦਾ ਪੁੱਤਰ ਮੈਂ ਖਾਣਾ ਤਾਂ ਘੁੰਗਰੀਆਂ ਹੀ ਚਾਹੁੰਦਾ ਹਾਂ ਪਰ ਅਗਲੀ ਗੱਲ ਬੜੀ ਔਖੀ ਆ ਧਿਆਨ ਨਾਲ ਸੁਣੀ ਜਿਹੜੀ ਛੋਟੀ ਉਮਰ ਵਿੱਚ ਤੂੰ ਘੁੰਗਰੀਆਂ ਵੇਚ ਰਿਹਾ ਇਹਦਾ ਮਤਲਬ ਇਹ ਆ ਕਿ ਤੂੰ ਵੀ ਕੋਈ ਬਹੁਤੇ ਘਰੋਂ ਚੰਗਾ ਨਹੀਂ ਹੈ ਮਜਬੂਰ ਆ ਤੂੰ ਵੀ ਤਾਂ ਘੁੰਗਰੀਆਂ ਵੇਚ ਰਿਹਾ ਆ ਪਰ ਮੇਰੀ ਮਜਬੂਰੀ ਇਹ ਆ ਕਿ ਮੇਰੇ ਕੋਲ ਘੁੰਗਰੀਆਂ ਖਰੀਦਣ ਵਾਸਤੇ ਪੈਸੇ ਨਹੀਂ ਹੈ ਧਿਆਨ ਦਿਓ ਜੀ ਪੈਸੇ ਮੇਰੇ ਕੋਲ ਨਹੀਂ ਹੈ ਤੇ ਬਾਬਾ ਜੱਠੇ ਨੇ ਕਿਹਾ ਕੋਈ ਗੱਲ ਨਹੀਂ ਬਾਬਾ ਜੀ ਜੇ ਪੈਸੇ ਨਹੀਂ ਹੈ ਤੁਸੀਂ ਇੱਦਾਂ ਹੀ ਖਾ ਲਓ ਨਾ ਮੈਨੂੰ ਪੈਸੇ ਦਿਓ ਉਹ ਗਨੇ ਪੁੱਤਰ ਤੱਕੂੰਗਰੀਆਂ ਅੱਜ ਤੱਕ ਵੇਚੀਆਂ ਤੇ ਪੈਸੇ ਨਾਲ ਵੇਚੀਆਂ ਅੱਜ ਤੋਂ ਬਿਨਾ ਪੈਸੇ ਤੋਂ ਵੇਚੇਗਾ ਪੁੱਤਰ ਘਰੇ ਕੀ ਜਵਾਬ ਦੇਗਾ ਤੇ ਬਾਬੇ ਜੇਠੇ ਨੇ ਕਿਹਾ ਬਾਬਾ ਜੀ ਜਿੰਨੀ ਅੱਜ ਮਹਿੰਗੀਆਂ ਵੇਚਣ ਲੱਗੀਆਂ ਤੇ ਇੰਨੀਆਂ ਤਾਂ ਕਦੇ ਮਹਿੰਗੀਆਂ ਵਿਕੀਆਂ ਹੀ ਨਹੀਂ ਜਦੋਂ ਇਹ ਲਬ ਚ ਬੋਲਿਆ ਨਾ ਕਿ ਇੰਨੀਆਂ ਮਹਿੰਗੀਆਂ ਕਦੇ ਵਿਕੀਆਂ ਨਹੀਂ ਪੁੱਤਰ ਮੈਂ ਤੇਰੀ ਗੱਲ ਨਹੀਂ ਸਮਝਿਆ ਤੇ ਬਾਬੇ ਜੇਠੇ ਨੇ ਕਿਹਾ ਮੈਂ ਜਿੰਨਾ ਟਾਈਮ ਮੇਰੇ ਮਾਂ-ਬਾਪ ਸੀ ਮੇਰੇ ਕੰਨਾਂ ਤੇ ਰਹੀ ਪੁੱਤ ਸ਼ਬਦ ਸੁਣਿਆ ਜਦੋਂ ਮਾਪੇ ਚੜ੍ਹਾਈ ਕਰਗੇ ਮੈਨੂੰ ਕਿਸੇ ਨੇ ਪੁੱਤ ਕਹਿ ਕੇ ਨਹੀਂ ਬੁਲਾਇਆ ਅੱਜ ਬਹੁਤ ਲੰਮੇ ਚਿਰ ਆਵਾਜ਼ ਮੇਰੇ ਕੰਨਾਂ ਵਿੱਚ ਪੁੱਤ ਸ਼ਬਦ ਪਿਆ ਆ ਤੇ ਤੁਹਾਡੇ ਮੁਖ ਤੋਂ ਮੈਂ ਪੁੱਤ ਸੁਣਿਆ ਮੇਰਾ ਅੰਦਰ ਰੋਪਿਆ ਮੇਰਾ ਜੀ ਕਰਦਾ ਮੈਂ ਆਪਣਾ ਸਭ ਕੁਝ ਤੁਹਾਡੇ ਤੇ ਵਾਰ ਦਿਆਂ ਆ ਘੁੰਗਰੀਆਂ ਦੀ ਗੱਲ ਕੀ ਹੈ ਉਹ ਬਾਬੇ ਨੇ ਸਾਰੀਆਂ ਘੁੰਗਰੀਆਂ ਛਕ ਲੀਆਂ ਤਿਆਸ ਕਹਿੰਦਾ ਕਿ ਖਾਲੀ ਟੋਕਰੀ ਲੈ ਕੇ ਬਾਬਾ ਜੇਠਾ ਘਰੇ ਗਿਆ ਤੇ ਨਾਨੀ ਨੇ ਕਿਹਾ ਪੁੱਤਰ ਬੜੀਆਂ ਘੁੰਗਰੀਆਂ ਲੈ ਕੇ ਗਿਆ ਸੀਗਾ ਤੇ ਅੱਜ ਤੂੰ ਖਾਲੀ ਲੈ ਕੇ ਆਇਆ ਬੜੀ ਜਲਦੀ ਵਿਗੀਆਂ ਤੇ ਲਿਆ ਪੁੱਤਰ ਕਿੰਨੇ ਕੁ ਪੈਸੇ ਕਮਾਏ ਆ ਤੇ ਬਾਬੇ ਜੇਠੇ ਨੇ ਕਿਹਾ ਕਿ ਅੱਜ ਬਹੁਤ ਮਹਿੰਗੀਆਂ ਵਿਕੀਆਂ ਨਾਨੀ ਨਾਨੀ ਕਹਿੰਦੇ ਜੇ ਮਹਿੰਗੀਆਂ ਵਿਕੇ ਤੇ ਮੈਨੂੰ ਪੈਸੇ ਦੇ ਜਦੋਂ ਪੈਸੇ ਦੀ ਗੱਲ ਆਈ ਤੇ ਬਾਬੇ ਜੇਠੇ ਨੇ ਕਿਹਾ ਨਾਨੀ ਅਸਲ ਵਿੱਚ ਇਹ ਹੋਇਆ ਕਿ ਅੱਜ ਕੋਈ ਫਕੀਰ ਮੈਨੂੰ ਮਿਲਿਆ ਜਿਨੇ ਮੈਨੂੰ ਪੁੱਤ ਕਹਿ ਕੇ ਬੁਲਾਇਆ ਹ ਹੁਣ ਤੱਕ ਲੋਕ ਮੈਨੂੰ ਓਏ ਕਹਿੰਦੇ ਸੀਗੇ ਘੁੰਗਰੀਆਂ ਵਾਲੇ ਕਹਿੰਦੇ ਸੀ ਕੋਈ ਕੁਝ ਕਹਿੰਦਾ ਸੀਗਾ ਬਹੁਤ ਲੰਮੇ ਚਿਰ ਬਾਅਦ ਮੈਂ ਪੁੱਤ ਸ਼ਬਦ ਸੁਣਿਆ ਹੁਣ ਪੁੱਤ ਸ਼ਬਦ ਸੁਣਨ ਤੋਂ ਬਾਅਦ ਮੈਂ ਸਾਰੀਆਂ ਘੁੰਗਰੀਆਂ ਫਰੀ ਵੰਡਿਆ ਆ ਹੁਣ ਤੀਜੀ ਅਰਦਾਸ ਸੁਣਿਓ ਜੀ ਮਾਤਾ ਦੀ ਨਾਨੀ ਦੀ ਨਾਨੀ ਰੋ ਪਈ ਦੀ ਤੇ ਬਾਬੇ ਜੇਠੇ ਨੇ ਕਿਹਾ ਕਹਿੰਦਾ ਨਾਨੀ ਸ਼ਾਇਦ ਤੂੰ ਤਾਰ ਹੁੰਦੀਆਂ ਕਿ ਅਸੀਂ ਬਹੁਤ ਗਰੀਬ ਹਾਂ ਨਾ ਅਸੀਂ ਕਿਸੇ ਨੂੰ ਫਰੀ ਵਿੱਚ ਘੁੰਗਰੀਆਂ ਵੀ ਨਹੀਂ ਖਵਾ ਸਕਦੇ ਨਾਨੀ ਕਹਿੰਦੀ ਪੁੱਤ ਮੈਂ ਇਸ ਕਰਕੇ ਨਹੀਂ ਰੋਂਦੀ ਕਿ ਅਸੀਂ ਗਰੀਬ ਐ ਅਸੀਂ ਕਿਸੇ ਨੂੰ ਘੁੰਗਰੀਆਂ ਨਹੀਂ ਖਵਾ ਸਕਦੇ ਮੈਂ ਇਸ ਕਰ ਕਰਕੇ ਰੋਂਦੀ ਆ ਤੇ ਮੈਂ ਗੁਰੂ ਨਾਨਕ ਦੇ ਚਰਨਾਚਰ ਅਰਦਾਸ ਕਰਦੀ ਆ ਕਿ ਜਿਸ ਬਾਬੇ ਜੇਠੇ ਨੂੰ ਦਿਲ ਏਡਾ ਵੱਡਾ ਦਿੱਤਾ ਆ ਬਾਦਸ਼ਾਹਾਂ ਵਾਲਾ ਦਿਲ ਦਿੱਤਾ ਆ ਤੇ ਉਸ ਜੇਠੇ ਨੂੰ ਖਜ਼ਾਨਾ ਵੀ ਬਾਦਸ਼ਾਹਾਂ ਵਾਲਾ ਦੇ ਦੇ ਤੇ ਮੈਂ ਕਹਿੰਦਾ ਨਾਨੀ ਦੀ ਤੀਜੀ ਅਰਦਾਸ ਵੀ ਕਬੂਲ ਹੋਈ ਗਿਆ ਅੱਜ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਏਡਾ ਵੱਡਾ ਖਜ਼ਾਨਾ ਹੈ ਨਾ ਜੀ ਵੱਡੇ ਤੋਂ ਵੱਡਾ ਦੁਨੀਆ ਦਾ ਸ਼ਹਿਰ ਹੋਵੇ ਮੁਲਕ ਹੋਵੇ ਉੱਥੇ ਵੀ ਕੋਈ ਨਾ ਕੋਈ ਭੁੱਖਾ ਸੋਂਦਾ ਹੋਏਗਾ ਪਰ ਗੁਰੂ ਰਾਮਦਾਸ ਪਾਸ਼ਾ ਦੀ ਨਗਰੀ ਚ ਕੋਈ ਬੰਦਾ ਭੁੱਖਾ ਨਹੀਂ ਸੋਂਦਾ ਦੁਨੀਆਂ ਦੇ ਵਿੱਚ ਇੱਕ ਵੱਖਰਾ ਸਿਧਾਂਤ ਬਾਬੇ ਨਾਨਕ ਦੇ ਘਰ ਦਾ ਆ ਇੱਥੇ ਰੋਟੀ ਖਾਣ ਵਾਲੇ ਪ੍ਰਸ਼ਾਦਾ ਖਾਣ ਵਾਲੇ ਹੱਥ ਨਹੀਂ ਜੋੜਦੇ ਇੱਥੇ ਪ੍ਰਸ਼ਾਦਾ ਛਕਾਉਣ ਵਾਲੇ ਹੱਥ ਜੋੜਦੇ ਆ ਕਿ ਜੇ ਗੁਰੂ ਨਾਨਕ ਦੇ ਘਰ ਵਿੱਚ ਆਇਓ ਤੇ ਲੰਗਰ ਛੱਕੇ ਜ਼ਰੂਰ ਜਾਣਾ ਇਹ ਦੁਨੀਆਂ ਦੇ ਵਿੱਚ ਜਿੰਨਾ ਟਾਈਮ ਇਹ ਦੁਨੀਆ ਰਹੇਗੀ ਤੇ ਗੁਰੂ ੜਾਮਦਾਸ ਪਾਸ਼ਾ ਦੇ ਘਰ ਦੇ ਵਿੱਚ ਲੰਗਰ ਚੱਲਦੇ ਰਹਿਣੇ ਆ ਤੇ ਗੁਰੂ ਨਾਨਕ ਦੀ ਨਗਰੀ ਗੁਰੂ ੜਾਮਦਾਸ ਪਾਸ਼ਾ ਦੇ ਨਗਰੇ ਵਿੱਚ ਕੋਈ ਭੁੱਖਾ ਨਹੀਂ ਸੋਣਾ